ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੇ ਉੱਤੇ ਐਫਆਈਆਰ ਦਰਜ ਹੋਈ ਹੈ ਔਰ ਐਫਆਈਆਰ ਦੀ ਕਾਪੀ ਇਸ ਵੇਲੇ ਸਾਡੇ ਕੋਲ ਹੈ ਇਹ ਪੰਜ ਵੱਖ-ਵੱਖ ਧਾਰਾਵਾਂ ਜਿਸ 304 323 341 506 ਅਤੇ 54 ਆਈਪੀਸੀ 34 ਆਈਪੀਸੀ ਜਿਹੜੀ ਹੈ ਉਹ ਦਰਜ ਹੋਈ ਹੈ ਔਰ ਇਹ ਕਿਉਂਕਿ ਹਾਈ ਕੋਰਟ ਦੇ ਦਰਮਿਆਨ ਪੋਸਟਮਾਰਟਮ ਲਈ ਮਾਮਲਾ ਗਿਆ ਔਰ ਖਾਸ ਕਰਕੇ ਇਸ ਦੇ ਪਿੱਛੇ ਮੈਂ ਤਾਂ ਕੋਮਨ ਬ੍ਰਦਰਜ਼ ਹੀ ਇਸ ਵੇਲੇ ਸਾਡੇ ਨਾਲ ਨੇ ਐਡਵੋਕੇਟ ਕੋਮਨ ਬ੍ਰਦਰ ਜਿਹੜੇ ਨੇ ਇਹ ਮਾਮਲਾ ਦਰਜ ਹੋਇਆ ਸੁਤਵੀਂਦਰ ਬੁੱਗਾ ਸੇ ਉਸ ਦਿਨ ਅਸੀਂ ਗੱਲ ਕਰ ਰਹੇ ਸੀ ਤੁਸੀਂ ਕਿਹਾ ਸੀ ਕਿ ਇਹ ਨੈਗਲੀਜੈਂਸ ਆ ਪੁਲਿਸ ਦੀ ਕੋਰਟ ਦੇ ਆਦੇਸ਼ਾਂ ਦੇ ਬਾਅਦ ਹੁਣੇ ਮਾਮਲਾ ਦਰਜ ਹੋਣਾ ਬੰਦ ਹੈ ਔਰ ਉਹ ਦਿਖਿਆ ਹੈ ਕਿ ਮਾਮਲਾ ਦਰਜ ਜੋ ਹੈ ਇਹ ਕੀ ਫੈਕਟ ਨੇ ਜਿਹੜੇ ਐਫ ਆਈ ਆਰ ਹੋਈ ਹੈ ਔਰ ਪਹਿਲਾਂ ਕਿਉਂ ਨਹੀਂ ਪੁਲਿਸ ਨੇ ਦਰਜ ਕੀਤੀ ਦੇਖੋ ਮੈਂ ਦੱਸਣਾ ਚਾਹੁੰਦਾ ਮੈਂ ਬਰੀਫ ਕਰ ਦੂੰਗਾ 1 ਮਿੰਟ ਚ ਕਿਉਂਕਿ 23 12 ਦਾ ਇਹ ਹਾਦਸਾ ਸੀ ਅਮਨ ਜੀ ਆਪਾਂ ਪਹਿਲੇ ਦਿਨ ਤੋਂ ਆਪਾਂ ਇਹਦੇ ਨਾਲ ਜੁੜੇ ਹੋਇਆ ਸਾਰੇ ਥੱਲੇ ਲੋਰ ਕੋਟਾਂ ਚ ਗਏ ਆਈਓ ਨੇ ਕਹਿਤਾ ਜੀ ਮੈਨੂੰ ਤਾਂ ਸ਼ੱਕੀ ਹਾਲਤ ਚ ਡੈਥ ਨਹੀਂ ਲੱਗਦੀ ਉਹਦੀ ਸਟੇਟਮੈਂਟ ਹੁੰਦੀ ਹੈ ਖਾਰਜ ਹੁੰਦੀ ਹੈ ਫਿਰ ਅਸੀਂ ਹਾਈ ਕੋਰਟ ਆ ਗਏ ਹਾਈ ਕੋਰਟ ਨੇ ਡਾਇਰੈਕਸ਼ਨ ਕੀਤੀ ਕਿ ਪੋਸਟਮਾਰਟਮ ਤਾਂ 6 ਤਰੀਕ ਨੂੰ ਹੋਊਗਾ ਬੋਰਡ ਆਫ ਡਾਕਟਰਸ ਆਉਣਗੇ ਉਸ ਤੋਂ ਬਾਅਦ ਵਿਦਿਨ 7 ਡੇਸ ਇਹਦੀ ਜਿਹੜੀ ਪੁਲਿਸ ਪੋਸਟਮਾਰਟਮ ਰਿਪੋਰਟ ਹੈ ਉਹ ਇਨਵੈਸਟੀਗੇਟਿੰਗ ਏਜੰਸੀ ਨੂੰ ਦਿੱਤੀ ਜਾਊਗੀ ਸੋ ਮੈਂ ਤੁਹਾਡੇ ਚੈਨਲ ਰਾਹੀਂ ਇੱਕ ਵੱਡੀ ਚੀਜ਼ ਦੱਸੂਗਾ ਕਿ ਜਿਹੜੀਆਂ ਦੇਖੋ ਕੱਲਾ ਸਾਡੇ ਕੋਲ ਹੈ ਕੀ ਸੀ ਇਸ ਕੇਸ 'ਚ ਜ਼ੀਰੋ ਕੇ ਸੀ ਨਾ ਪੁਲਿਸ ਫਾਈਲ ਹੈਲਪ ਕਰ ਰਹੀ ਹੈ ਨਾ ਕੋਈ ਰਿਕਾਰਡ ਸਿਰਫ ਇੱਕ ਵਿਟਨੈਸ ਸੀ ਸਾਡੇ ਕੋਲ ਆਈ ਵਿਟਨੈਸ ਔਰ ਉਹਦੇ ਤੇ ਅਸੀਂ ਬਲੀਵ ਕੀਤਾ ਐਜ਼ ਅ ਕਾਉਂਸਲ ਕਿਉਂਕਿ ਸਾਡਾ ਤਾਂ ਰਾਈਟ ਹੈ ਕਿਉਂਕਿ ਅਸੀਂ ਆਪਣੇ ਕਲਾਇੰਟ ਦੇ ਉੱਪਰ ਬਲੀਵ ਕਰਨਾ ਹੁੰਦਾ ਹੈ ਹੁਣ ਪਹਿਲਾਂ ਤੱਕ ਤਾਂ ਗੱਲਾਂ ਸੀ ਹੁਣ ਜਿਹੜੀ ਪੁਲਿਸ ਜਿਹੜੀ ਸਰ ਸਾਡੇ ਕੋਲ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਇਹਦੇ ਵਿੱਚ 6 ਡਾਕਟਰਾਂ ਦੀ ਟੀਮ ਬੜਾ ਬਰੀਕੀ ਚ 6 ਤਰੀਕ ਨੂੰ ਇਹ ਹੋਇਆ ਲਗਭਗ 2 10 10:30 ਸ਼ੁਰੂ ਹੋ ਕੇ ਇਹ ਅਮਨਜੀਤ 2:30 3 ਵਜੇ ਤੱਕ ਬੜਾ ਬਰੀਕੀ ਚ ਕੀਤਾ ਉਹਨਾਂ ਨੇ ਔਰ ਇਹਦੇ ਵਿੱਚ ਕਲੀਅਰਲੀ ਦ ਕੌਜ਼ ਆਫ ਡੈਥ ਇਨ ਥਿਸ ਕੇਸ ਇਨ ਓਪੀਨੀਅਨ ਐਜ਼ ਅ ਹੈਡ ਇੰਜਰੀ ਹੈਡ ਇੰਜਰੀ ਕਰਕੇ ਡਾਕਟਰ ਨੇ ਦਰਨ ਸਫੀਸ਼ੀਐਂਟ ਟੂ ਕਾਜ਼ ਡੈਥ ਇਨ ਦੀ ਆਰਡੀਨਰੀ ਸੋ ਇਹ ਰਿਪੋਰਟ ਜਿਹੜੀ ਸੀ ਪਰਸੋਂ ਦੀ ਹੈ ਮਤਲਬ ਇਹ ਗਿਰਨੇ ਕਰਕੇ ਹੈਡ ਇੰਜਰੀ ਹੋਈ ਔਰ ਤਾਂ ਮੌਤ ਹੋਈ ਇਹ ਕੋਕੀ ਉਹਨੇ ਫੋਰਸਿਬਲੀ ਜਮ ਧੱਕਾ ਮਾਰਿਆ ਸੀ ਜਦੋਂ ਬਿਬਾਰੀ ਥੱਲੇ ਡਿੱਗੇ ਨੇ ਜਿਹੜਾ ਆਪਣਾ ਵਰਜਨ ਸੀ ਕਿ ਉਹਨਾਂ ਦਾ ਪਿਛਲਾ ਪਾਰਟ ਸਿਰ ਦਾ ਉਹਨਾਂ ਦਾ ਵੱਜਿਆ ਸੋ ਜੋ ਸਾਡੀ ਸਟੇਟਮੈਂਟ ਸੀ ਜੋ ਸਾਡਾ ਬਿਆਨ ਸੀ ਦੇਖੋ ਤੁਸੀਂ ਇੱਕ ਚੀਜ਼ ਮੈਂ ਤੁਹਾਡੇ ਮਾਧਿਅਮ ਰਾਈ ਕਹੂੰਗਾ ਕਿ ਜਿਹੜੀ ਚੀਜ਼ ਨੂੰ ਮਾਣਯੋਗ ਇਨਵੈਸਟੀਗੇਟਿੰਗ ਏਜੰਸੀਆਂ ਜਿਹੜੀ ਚੀਜ਼ ਨੂੰ ਜੱਜ ਨਹੀਂ ਕਰ ਸਕੀਆਂ ਅਸੈਸ ਨਹੀਂ ਕਰ ਸਕੀਆਂ ਉਸ ਚੀਜ਼ ਨੂੰ ਮਨਜੋਕ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪੋਸਟਮਾਰਟਮ ਰਿਪੋਰਟ ਦੇਖੋ ਵੀਰ ਜੀ ਕੋਈ ਵੀ ਜਦੋਂ ਡੈੱਡ ਬੋਡੀ ਆਊਗੀ ਮੰਨ ਲਓ ਤੁਸੀਂ ਡਾਕਟਰ ਹੋ ਤੁਸੀਂ ਉਹਨੂੰ ਬਿਨਾ ਪੋਸਟਮਾਰਟਮ ਤੋਂ ਤੁਸੀਂ ਕਿ ਕੈਨਡਾਉ ਦਾ ਕੌਜ਼ ਆਫ ਡੈਥ ਦੇਖ ਲਵਾਂਗੇ ਇਹਦੇ ਚ ਲਿਖਿਆ ਕੀ ਕੀ ਹੈ ਹੋਰ ਕੀ ਲਿਖਿਆ ਹੈ ਔਰ ਇਹਦੇ ਵਿੱਚ ਜਿਹੜੀਆਂ ਇੰਜਰੀਜ਼ ਨੇ ਉਹਦੇ ਚ ਕਲੀਅਰ ਕਰ ਦਿੱਤਾ ਹੈ ਕਿ ਇਹਨਾਂ ਦੀ ਜਿਹੜੀ ਡੈਥ ਹੈ ਉਹ ਹੈਡ ਇੰਜਰੀ ਕਰਕੇ ਹੋਈ ਹੈ ਸੋ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਸੀ ਕਿ ਜਦੋਂ ਉਹ ਵਿਚਾਰੀ ਹਸਪੀਟਲ ਚ ਗਈ ਉਹ ਹਾਈ ਹਾਈ ਕਰ ਰਹੀ ਹੈ ਹੈਡੈਕ ਹੋ ਰਹੀ ਹੈ ਵੋਮਟਿੰਗ ਹੋ ਰਹੀ ਹੈ ਪੁਲਿਸ ਨੇ ਫਿਰ ਇਸ ਮੈਡੀਕਲ ਰਿਪੋਰਟ ਦੇ ਆਧਾਰ ਤੇ ਐਫ ਆਈ ਆਰ ਦਰ ਪੁਲਿਸ ਨੇ ਬ੍ਰਦਰ ਦੱਸਣ ਕਿ ਐਫ ਆਈ ਆਰ ਬਾਰੇ ਜਿਹੜੀ ਪੁਲਿਸ ਨੇ ਇਸ ਤੋਂ ਬਾਅਦ ਪਰਚਾ ਦਿੱਤਾ ਉਹ ਕੱਲ ਸ਼ਾਮੀ ਦਿੱਤਾ ਔਰ ਪਰਚੇ ਚ ਕੀ ਕੀ ਉਹ ਬ੍ਰਦਰ ਤੁਹਾਨੂੰ ਦੋ ਮਿੰਟ ਕੀ ਇਹਦੇ ਚ ਕੀ ਬੇਸ ਬਣਾਇਆ ਹੈ ਦੇਖੋ ਬੇਸ ਇਹ ਬਣਾਇਆ ਹੈ ਵੀ ਜਦੋਂ ਇੱਕ ਤਾਂ ਗੱਲ ਇਹ ਹੈ ਵੀ ਇਹ ਮਤਲਬ ਤੁਸੀਂ ਪਲਾਨਡ ਅਟੈਕ ਕੀਤਾ ਉਸ ਦਿਨ 23 ਤਰੀਕ ਨੂੰ ਇਹ ਅਟੈਕ ਪਹਿਲਾਂ 3-4 ਮਹੀਨਿਆਂ ਤੋਂ ਚੱਲ ਰਿਹਾ ਸੀ ਮੈਂ ਇਹਨੂੰ 2-4 ਮਿੰਟ ਚ ਕਨਕਲੂਡ ਕਰਦਾ ਹਾਂ ਹੁਣ ਆਪਾਂ ਘਟਣਾ ਸਿਰਫ 23 ਤਰੀਕ ਦੀ ਗੱਲ ਕਰੀਏ ਧਾਰਾ 304 ਕੈਪੀਟਲ ਇਹਦੇ ਵਿੱਚ ਅਫੈਂਸ ਆਇਆ ਹੈ ਨਿਕਲ ਕੇ 304 ਕੀ ਵੀ ਤੁਹਾਡੇ ਐਕਟ ਐਂਡ ਕੰਡਕਟ ਕਰਕੇ ਜੇ ਕਿਸੇ ਬੰਦੇ ਦੀ ਮੌਤ ਹੋ ਜAVE ਤਾਂ ਧਾਰਾ 304 ਲੱਗਦੀ ਹੈ ਨੋਨ ਅਵੇਲੇਬਲ ਅਫੈਂਸੇ 10 ਸਾਲ ਦੀ ਇਹਦੇ ਵਿੱਚ ਸਜ਼ਾ ਹੈ ਇਤੋਂ ਲਾਵਾ ਰੈਸਟ ਆਫ ਜਿਹੜੇ ਨੇ 323 41 506 ਉਹਦੇ ਉਹਦੇ ਨਾਲ ਹੀ ਰੀਡ ਕੀਤੇ ਜਾਣਗੇ ਹੁਣ ਸਾਡੀ ਇਹਦੇ ਚ ਮੰਗ ਕੀ ਹੈ ਮੰਗ ਇਹ ਹੈ ਕਿ ਜਦੋਂ ਤੁਸੀਂ ਉਹਦਾ ਗਲਾ ਸਟੈਗੂਲੇਟ ਦਬਾਰੀ ਸੀ ਤਾਂ ਉਹਦੇ ਤੇ ਇੱਕ ਬੰਦਾ ਛਾਤੀ ਤੇ ਚੜਿਆ ਇੱਕ ਨੇ ਪੈਰ ਪੜੇ ਨੇ ਇਹ ਹੁਣ ਪਰਚਾ ਕਹਿ ਰਿਹਾ ਤਾਂ ਉਹਦੇ ਮੁਤਾਬਕ ਸੱਤ ਇੰਜਰੀਜ਼ ਜਿਹੜੀਆਂ ਨੇ ਐਮਐਲਆਰ ਦਵਿੰਦਰ ਭੋਲੇ ਦੀਆਂ ਆ ਗਿਆ ਤਾਂ ਅਸੀਂ ਕਹਿੰਦੇ ਹਾਂ ਕਿ ਜਦੋਂ ਤੁਸੀਂ ਗਲਾ ਦਬਾ ਰਹੇ ਹੋ ਤਾਂ ਇਹ ਸਿੱਧਾ ਅਟੈਂਪਟ ਟੂ ਮਰਡਰ ਹੈ ਧਾਰਾ 307 ਦਾ ਤੁਸੀਂ ਵਾਅਦਾ ਕਰੋ ਇੱਕ ਤਾਂ ਸਾਡੀ ਮੰਗ ਇਹ ਹੈ ਸੈਕੰਡ ਹੈ ਹੈ ਕਿ ਜਿਹੜੇ ਇਨਵੈਸਟੀਗੇਟਿੰਗ ਅਫਸਰ ਸਨ ਭਾਵੇਂ ਉਹ ਐਸਐਚਓ ਸੀ ਭਾਵੇਂ ਆਈਓ ਸੀ ਜਿਹੜੇ ਨੇ ਮੈਡੀਕਲ ਨੈਗਲੀਜੈਂਸ ਕੀਤੀ ਡਾਕਟਰਾਂ ਨੇ ਲਾਪਰਵਾਹੀ ਕੀਤੀ ਇੱਕ ਵੱਡਾ ਫੈਕਟ ਲੱਗਾ ਤੁਹਾਨੂੰ ਦੱਸਣਾ ਮਜੀ ਮੈਂ ਉਹਨਾਂ ਦੇ ਖਿਲਾਫ ਐਸਐਸਪੀ ਨੇ ਐਸਐਮ ਨੂੰ ਕਹਿਤਾ ਵੀ ਤੁਸੀਂ ਰਿਪੋਰਟ ਲਿਆਓ ਇਹਨਾਂ ਡਾਕਟਰਾਂ ਦੇ ਖਿਲਾਫ ਤੇ ਉਸ ਰਿਪੋਰਟ ਦੇ ਬੇਸ ਤੇ ਡਾਕਟਰਜ਼ ਦੇ ਖਿਲਾਫ ਵੀ ਜੇ ਨਿਕਲ ਆਉਂਦੀ ਏ ਤਾਂ ਜਿਹੜੀ ਕਾਰਵਾਈ ਉਹ ਅਮਲ ਵਿੱਚ ਲਿਆਂਦੀ ਜਾਏਗੀ ਮਤਲਬ ਕਿ ਵੀ ਉਹ ਵੀ ਇਸ ਮਾਮਲੇ 'ਚ ਨਾਮਜ਼ਦ ਹੋ ਸਕਦੇ ਨੇ ਹੁਣ ਸਾਡੀ ਮੰਗ ਕੀ ਏ ਅਮਦੀ ਮੰਗ ਆਪਣੀ ਇਹ ਆ ਕਿ ਠੀਕ ਹੈ ਡਾਕਟਰਾਂ ਦੀ ਲਾਪਰਵਾਹੀ ਵਾਲੇ ਆ ਕੇ ਦੋਸ਼ੀ ਜਿਨ੍ਹਾਂ ਨੇ ਉਸ ਦਿਨ ਇਹ ਕੰਮ ਕੀਤਾ ਉਹ ਵੀ ਤੁਸੀਂ ਨਾਮ ਨੋਮਿਨੇਟ ਕਰਤੇ ਹੁਣ ਸਾਡੀ ਮੰਗ ਇਹ ਹੈ ਵੀ ਜਿਹੜਾ ਐਸਐਚਓ ਤੇ ਆਈਓ ਜਿਹੜੇ ਕਹਿੰਦੇ ਸੀ ਵੀ ਹੋਇਆ ਹੀ ਕੁਛ ਨਹੀਂ ਨੈਚੁਰਲ ਡੈਥ ਹੈ ਭੇਤਪਰੀ ਹਾਲਾਤਾਂ ਸਾਨੂੰ ਲੱਗਦਾ ਹੀ ਨਹੀਂ ਵੀ ਉਹਦੀ ਮੌਤ ਹੋਈ ਏ ਅਸੀਂ ਇਹ ਡਿਮਾਂਡ ਕਰਦੇ ਹਾਂ ਡੀਜੀਪੀ ਸਾਹਿਬ ਜਾਂ ਆਪਣੇ ਅਸੀਂ ਬਾਈ ਵੇਓਫ ਲੀਗਲ ਰਿਪਰੈਜ਼ੈਂਟੇਸ਼ਨਸ ਅਸੀਂ ਇਸ਼ੂ ਕਰਾਂਗੇ ਵੀ ਇਹਨਾਂ ਦੇ ਖਿਲਾਫ ਸਾਡੇ ਕੋਲ ਇਹ ਮੈਂ ਵਰਬਲੀ ਨਹੀਂ ਕਰ ਰਿਹਾ ਇਹਨਾਂ ਨੇ ਉੱਥੇ ਸਟੇਟਮੈਂਟ ਦਰਜ ਕਰਾਈਏ ਜਦੋਂ ਸਾਡੀ ਐਪਲੀਕੇਸ਼ਨ ਥੱਲੇੋਂ ਡਿਸਮਿਸ ਕਰਾਈਏ ਪੋਸਟਮਾਰਟਮ ਦੀ ਤਾਂ ਹੀ ਅਸੀਂ ਔਨਰੇਬਲ ਹਾਈ ਕੋਰਟ ਚ ਗਏ ਸੋ ਅਸੀਂ ਅਮਨ ਜੀ ਇਹ ਗੱਲ ਕਹਿੰਨੇ ਆ ਭਰਤਵਾਰ ਸਾਹਿਬ ਵੀ ਆਪਾਂ ਇਹਨਾਂ ਦਾ ਇਮੀਡੀਏਟਲੀ ਅਸੀਂ ਇਹਨਾਂ ਦੇ ਖਿਲਾਫ 에ਰਿੰਗ ਪੁਲਿਸ ਅਫਸਰ ਮੈਂ ਇਹਨਾਂ ਨੂੰ ਕਵਾਂਗਾ ਯੂਜ਼ ਨੂੰ ਇਹਨੂੰ ਐਸਐਚਓ ਨੂੰ ਵੀ ਇਹਨਾਂ ਦੇ ਖਿਲਾਫ ਵੀ ਸਖਤ ਤਰਾਮਾ ਥੱਲੇ ਡਿਪਾਰਟਮੈਂਟਲ ਇਨਕੁਆਰੀ ਕੀਤੀ ਜਾਵੇ ਤੇ ਇਹਨਾਂ ਨੂੰ ਪਨਿਸ਼ ਕੀਤਾ ਜਾਵੇ ਬਾਈ ਵੇਵ ਜਾਂ ਤਾਂ ਡਿਸਮਿਸ ਕੀਤਾ ਜਾਂਦਾ ਸਸਪੈਂਡ ਕੀਤਾ ਜਾਂਦਾ ਕਿਉਂ 174 ਜਿਹੜੀ ਹੈ ਇਹਨਾਂ ਨੇ ਤਾਂ 174 ਦੀ ਕਾਰਵਾਈ ਵੀ ਨਹੀਂ ਕੀਤੀ ਨਾ ਉਹਦਾ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਕਾਰਵਾਈ ਨਹੀਂ ਕਰੀ ਇਸ ਕਰਕੇ ਇਹਨਾਂ ਤੇ ਵੀ ਕਾਰਵਾਈ ਨਹੀਂ ਸਰ ਕਾਰਵਾਈ ਕੀਤੀ ਕਿਉਂ ਨਹੀਂ ਕਿਉਂਕਿ 174 ਇਹ ਜਿਹੜੀ ਜਿਵੇਂ ਕਿਸੇ ਦੀ ਇਸ ਤਰੀਕੇ ਨਾਲ ਮੌਤ ਹੋ ਜਵੇ ਜਾਂ ਅਲੀਗੇਸ਼ਨ ਹੋਵੇ ਵੀ ਫਰਾਨੇ ਬੰਦੇ ਨੇ ਮਾਰਤੀ ਉਹਦੇ ਚ ਧਾਰਾ 174 CrPC ਤੁਸੀਂ ਨੈਟ ਤੇ ਕੱਟ ਕੇ ਵੇਖੋ ਆਪਣੇ ਸਾਰੇ ਉਹ ਕੀ ਕਹਿੰਦੀ ਹੈ ਵੀ ਤੁਸੀਂ ਤਿੰਨ ਬੰਦਿਆਂ ਦੀ ਸਟੇਟਮੈਂਟ ਦਰਜ ਕਰਾਓ ਤੁਸੀਂ ਕਿਵੇਂ ਅਸੈਸ ਕਰੋਗੇ ਜਿਵੇਂ ਉਹ ਜਿਹੜਾ ਸਬ ਇੰਸਪੈਕਟਰ ਹੈ ਉਹਨੇ ਕਿਵੇਂ ਕਹਿਤਾ ਵੀ ਨੈਚਰਲ ਡੈਥ ਹੈ ਤੁਸੀਂ ਇੱਕ ਇੱਕ ਜਿਹੜਾ ਐਮ ਡੀ ਡਾਕਟਰ ਹੈ ਡੀ ਐਮ ਬੈਠੇ ਨੇ ਉੱਪਰ ਜੇ ਤੁਸੀਂ ਇੱਕ ਡੀ ਐਮ ਨੂੰ ਵੀ ਕਹਿ ਤਵੋ ਡਾਕਟਰ ਨੂੰ ਵੀ ਤੁਸੀਂ ਇਹਦੀ ਅਸੈਸਮੈਂਟ ਦੋ ਜੇ ਤੁਹਾਡੇ ਕੋਲ ਡੈੱਡ ਬੋਡੀ ਪਈ ਹੈ ਮੰਨ ਲਓ ਮੈਂ ਡੀ ਐਮ ਹਾਂ ਵੱਡਾ ਡਾਕਟਰ ਹਾਂ ਤੁਸੀਂ ਮੈਨੂੰ ਕਹਿ ਤਵੋ ਵੀ ਤੁਸੀਂ ਇਹਦੀ ਇਹਦੀ ਬੋਡੀ ਨੂੰ ਅਸੈਸ ਕਰੋ ਮੈਂ ਕਿਵੇਂ ਕਰ ਸਕਦਾ ਮੈਂ ਸੈਸ ਕਿਵੇਂ ਕਰਾਂਗਾ ਥਰੂ ਪੋਸਟਮਾਰਟਮ ਇਹ ਇਹ ਜਿਹੜੀ ਐਫ ਆਈ ਆਰ ਹੋਈ ਹੈ ਇਹ ਸਤਵਿੰਦਰ ਬੁੱਗਾ ਦੇ ਜਿਹੜੇ ਭੋਲੇ ਉਹਨਾਂ ਦੇ ਵਾਈਫ ਨੇ ਉਹਨਾਂ ਦੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਉਸ ਬਿਹਾਫ ਤੇ ਹੋਈ ਹੈ ਜਾਂ ਭੋਲੇ ਉਹਨਾਂ ਦੇ ਮੈਡੀਕਲ ਦੇ ਬਿਹਾਫ ਤੇ ਨਹੀਂ ਇਹ ਜਿਹੜੀ ਮੈਂ ਤੁਹਾਨੂੰ ਕਲੀਅਰ ਕਰਦਾ ਜਿਹੜਾ ਪ੍ਰੈਜ਼ੈਂਟ ਐਫ ਆਈ ਆਰ ਇਹ ਇਹ ਨਹੀਂ ਗੱਲ ਐਮ ਐਲ ਆਰ ਤਾਂ ਭੋਲੇ ਦੀ ਵੀ ਹੋਈ ਏ ਪਰ ਜਿਹੜਾ ਪ੍ਰੈਜ਼ੈਂਟ ਐਫ ਆਈ ਆਰ ਇਹ ਮਾਨਜੋਗ ਹਾਈ ਕੋਰਟ ਨੇ ਹੁਕਮ ਕੀਤੇ ਕਿਉਂਕਿ ਥੱਲੋਂ ਅਸੀਂ ਡਿਸਮਿਸ ਇਹਨਾਂ ਨੇ ਐਪਲੀਕੇਸ਼ਨ ਕਰਾਈ ਸਾਡੀ ਫਿਰ ਅਸੀਂ ਹਾਈ ਕੋਰਟ ਚ ਗਏ ਮਾਨਜੋਗ ਹਾਈ ਕੋਰਟ ਨੇ ਹੁਕਮ ਕੀਤੇ ਪੋਸਟਮਾਰਟਮ ਦੇ ਬੋਰਡ ਆਫ ਡਾਕਟਰਸ ਨੇ ਸਾਈਨ ਕੀਤੇ ਉਹਦੇ ਚ ਆ ਗਿਆ ਵੀ ਜਿਹੜਾ ਉਹਦੀ ਮੈਡੀਕਲ ਜਿਹੜੀ ਉਹਦੀ ਹੈਡ ਇਨਜਰੀ ਆ ਗਈ ਕੌਜ਼ ਆਫ ਡੈਥ ਇਨਸਫੀਸ਼ੈਂਟ ਸੋ ਉਹ ਜਦੋਂ ਆ ਗਈ ਸੀ ਤਾਂ ਫਿਰ ਉਸ ਤੋਂ ਬਾਅਦ ਮੈਂ ਕਹਾਂਗਾ ਦੇਰ ਆਈ ਦੁਰਸਤਾਏ ਮਾਨਜੋਗ ਐ ਉਰ ਪੋਰਟਲੈਂਡ ਤੋਂ ਬਾਅਦ ਤੁਰੰਤ ਜਿਹੜਾ ਪਰਚੇ ਦੀ ਹਟਾਤਤਾ ਕੀਤੀਆਂ ਤੇ ਕੱਲ 3 ਵਜੇ ਪਰਚਾ ਦਰਜ ਹੋਇਆ ਸੋ ਹੁਣ ਇਹ ਹੈ ਵੀ ਅਸੀਂ ਜਿਹੜੀ ਅਗਲੀ ਲੜਾਈ ਹੈ ਕਿਉਂਕਿ ਹੁਣ ਤੱਕ ਸਾਡੇ ਕੋਲ ਕੋਈ ਪਰਚਾ ਨਹੀਂ ਸੀ ਪੁਲਿਸ ਫਾਈਲ ਸਾਨੂੰ ਸਪੋਰਟ ਨਹੀਂ ਸੀ ਕਰ ਰਹੀ ਸੋ ਅਮਨ ਜੀ ਮੈਂ ਗੱਲ ਨੂੰ ਕੰਢੇ ਲਾਵਾਂ ਵੀ ਜਿਹੜੀ ਹੁਣ ਸਾਡੀ ਅਗਲੀ ਲੜਾਈ ਹੈ ਵੀ ਧਾਰਾ 307 ਦਾ ਵਾਧਾ ਕਰਾਣਾ ਹੈ 302 ਦਾ ਵਾਧਾ ਕਰਾਣਾ ਹੈ ਜਾਂ ਆਈਓ ਦੇ ਖਿਲਾਫ ਕੋ ਕਾਰਵਾਈ ਕਰਨੀ ਹੈ ਮੈਡੀਕਲ ਅਫਸਰਾਂ ਦੇ ਖਿਲਾਫ ਕਰਨੀ ਮੈਡੀਕਲ ਅਫਸਰਸ ਇੱਕ ਚੀਜ਼ ਤੁਸੀਂ ਲੈ ਕੇ ਜਾਇਓ ਮੈਡੀਕਲ ਆਫੀਸਰਸ ਉਹ ਨੇ ਜਿਨ੍ਹਾਂ ਨੇ ਉਦੋਂ ਲਾਪਰਵਾਹੀ ਵਰਤੀ ਏ ਪਰ ਸਲੂਟ ਏ ਉਸ ਮੈਡੀਕਲ ਆਫੀਸਰਸ ਨੂੰ ਜਿਹੜੇ 6 ਡਾਕਟਰਸ ਨੇ ਸਾਡੇ ਮਾਨਯੋਗ ਹਾਈ ਕੋਰਟ ਦੀ ਕੰਪਲੈਂਸ ਕਰਕੇ ਤੇ ਇਹ ਡਾਕਟਰਸ ਨੇ ਰਿਪੋਰਟ ਕੱਢੀ ਏ ਡਾਕਟਰ ਦੀ ਰਿਪੋਰਟ ਦੇ ਬੇਸ ਤੇ ਇਹ ਪ੍ਰੈਜ਼ੈਂਟ ਐਫ ਆਈ ਆਰ ਐਸ ਐਸ ਪੀ ਸਾਹਮਣੂ ਦੇਣਾ ਪਿਆ 304 ਨੂੰ ਥੋੜਾ ਸਮਝਾ ਦਿਓ ਇਹ ਕੀ ਧਾਰਾ ਬੰਦੀ ਔਰ ਕੀ ਸਜ਼ਾ ਏ ਇਹ 304 ਕੀ ਏ ਮੈਂ ਤੁਹਾਨੂੰ ਸਿੰਪਲ ਭਾਸ਼ਾ 'ਚ ਦੱਸ ਦਿੰਦਾ ਇਹਨੂੰ ਅਸੀਂ ਇੰਗਲਿਸ਼ 'ਚ ਜਾਈਏ ਤਾਂ ਕਲਪੇਬਲ ਹੋਮਿਸਾਈਡ ਕਹਿੰਦੇ ਆ ਇਹ ਕੀ ਏ ਵੀ ਤੁਹਾਡੇ ਐਕਟ ਕਰਕੇ ਜਿਵੇਂ ਹੁਣ ਕਹਿੰਦੇ ਤਾਂ ਉਹਦਾ ਜਾ ਕੇ ਸਿਰ ਪਿੱਛੇ ਵੱਜਾ ਵੀ ਉਸ ਤੋਂ ਬਾਅਦ ਜਦੋਂ ਤੁਸੀਂ ਪੁਸ਼ ਕੀਤਾ ਉਹਨੂੰ ਇੰਜਰੀ ਰੀਸੀਵ ਹੋ ਗਈ ਉਸ ਤੋਂ ਬਾਅਦ ਉਸ ਵਿਅਕਤੀ ਦੀ ਜੇਕਰ ਮੌਤ ਹੋ ਜਵੇ ਤਾਂ ਉਹਨੂੰ ਕਹਿੰਦੇ ਨੇ ਵੀ ਧਾਰਾ 304 ਮੰਨ ਲਓ ਫਾਰ ਐਗਜ਼ਾਮਪਲ ਮੰਨ ਜੀ ਮੈਨੂੰ ਮੈਂ 스ਵਿਮਰ ਹਾਂ ਮੈਨੂੰ ਸਵਿਮਿੰਗ ਆਉਂਦੀ ਹੈ ਤੁਹਾਨੂੰ ਨਹੀਂ ਆਉਂਦੀ ਮੈਂ ਸਕੂਟਰ ਦੇ ਵਿੱਚ ਆਪਾਂ ਦੋਵਾਂ ਨੂੰ ਲੈ ਗਿਆ ਮੈਂ ਜਾ ਕੇ ਨਹਿਰ ਤੇ ਸਕੂਟਰ ਸੁੱਟਤਾ ਮੈਨੂੰ ਪਤਾ ਵੀ ਮੈਂ ਬਾਹਰ ਨਿਕਲ ਜਾਣਾ ਤੁਸੀਂ ਵਿੱਚ ਤੁਹਾਡੀ ਮੰਨ ਲਓ ਫੋਰ ਐਗਜ਼ਾਮਪਲ ਮੈਂ ਗੱਲ ਕਰਦਾ ਵੀ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉੱਥੇ ਫਿਰ ਅਫੈਂਸ 304 ਦਾ ਬਣਦਾ ਕਿਉਂਕਿ ਤੁਹਾਡੇ ਐਕਟ ਕਰਕੇ ਜੇ ਕਿਸੇ ਬੰਦੇ ਦੀ ਮੌਤ ਹੋ ਜਵੇ ਤਾਂ ਉਹਦੇ ਸਿੱਧੇ ਤੌਰ ਤੇ ਪਰ ਅਸੀਂ ਇਹ ਗੱਲ ਕਹਿੰਦੇ ਆ ਕਿ 304 ਆ ਗਈ ਪਰ ਅਸੀਂ ਇਹਦੇ 'ਚ ਵਾਧਾ ਮਰਡਰ ਕੇਸ 302 ਦਾ ਕਰਾ ਕਰ ਇੱਕ ਇੱਕ ਪਰਿਵਾਰ ਕੀ ਕਹਿੰਦੇ ਜੀ ਪਰਿਵਾਰ ਦੇ ਭੋਲੇ ਉਹਨਾਂ ਦਾ ਕੀ ਕਹਿਣਾ ਹੈ ਹੁਣ ਉਹ ਐਫ ਆਈ ਆਰ ਤੋਂ ਬਾਅਦ ਸੰਤੁਸ਼ਟ ਨੇ ਦੇਖੋ ਸੰਤੁਸ਼ਟ ਨੇ ਕਿਉਂਕਿ 22 ਦਿਨ ਦੀ ਲੜਾਈ ਮੈਂ ਤੁਹਾਡੇ ਚੈਨ ਨੂੰ ਨਹੀਂ ਦੱਸਣਾ ਚਾਹੁੰਦਾ ਕਿ ਇੱਕ ਸਾਡੇ ਲਈ ਵੀ ਵੀਰ ਜੀ ਇੱਕ ਵੱਡਾ ਚੈਲੰਜ ਸੀ ਇਹ ਉਹ ਕੇਸ ਸੀ ਅਮਨ ਜੀ ਤੁਸੀਂ ਗਵਾਉ ਤੁਸੀਂ ਵੀ ਪਹਿਲੇ ਦਿਨ ਤੋਂ ਨਹੀਂ ਤੁਸੀਂ ਸਾਡੇ ਨਾਲ ਐਜ਼ এ মিডিਆ ਜੁੜੇ ਹੋਏ ਹੋ ਇਹ ਉਹ ਕੇਸ ਸੀ ਜਿਹੜਾ ਅਮਨ ਜੀ ਬਿਲਕੁਲ ਡੈਡ ਕੇਸ ਅਸੀਂ ਮੰਨਦੇ ਹਾਂ ਉਹ ਪੇਸ਼ੈਂਟ ਕਿਸੇ ਡਾਕਟਰ ਕੋਲ ਆਇਆ ਧਾਰਮਿਕ ਤੌਰ ਤੇ ਗੱਲ ਕਰਦਾ ਵੀ ਉਹਨੂੰ ਕੋਮਾ ਛੁੱਟਤਾ ਕੋਮੇ ਤੋਂ ਬਾਅਦ ਉਹਦੀ ਡੈਥ ਹੋ ਜਾਂਦੀ ਹੈ ਇੱਕ ਦਿਨ ਹੁੰਦਾ ਨਾ ਖੀਰਲੇ ਸਾਹ ਇਹ ਖੀਰਲੇ ਸਮਾਂ ਵਾਲਾ ਵੀ ਨਹੀਂ ਸੀ ਕਿਉਂਕਿ ਪੁਲਿਸ ਫਾਈਲ ਹੈਲਪ ਨਹੀਂ ਕਰ ਰਹੀ ਆਈਓ ਕਹਿ ਰਿਹਾ ਜੀ ਸਾਨੂੰ ਲੋੜ ਹੀ ਨਹੀਂ ਇਹ ਤਾਂ ਨੈਚੁਰਲ ਡੈਥ ਹੈ ਮੈਂ ਕੋਈ ਇੱਥੇ ਕੋਈ ਆਪਣੀ ਸ਼ਾਬਾਸ਼ ਹੀ ਨਹੀਂ ਕਰਾਣੀ ਪਰ ਇਹ ਇੱਕ ਵੱਡਾ ਚੈਲੰਜ ਸੀ ਉਸ ਮਾਗ ਵਾਈਗਰੂ ਸਾਹਿਬ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸੋ ਬਾਕੀ ਉਹਦੀ ਡੈਡੀਕੇਸ਼ਨ ਦਵਿੰਦਰ ਪੁੱਲੇ ਦੀ ਵੀ ਹੈ ਕਹੇ ਵੀ ਰੇ ਸੀ ਕਿ ਉੱਥੇ ਦੇ ਪੋਲੀਟੀਸ਼ਨ ਦਾ ਜਾਂ ਕਿਸੇ ਦਾ ਇਨਫਲੂਐਂਸ ਵੀ ਹੈ ਕੇਸ ਤੇ ਬੁੱਕੇ ਕਰਕੇ ਦੇਖੋ ਮੈਂ ਹੁਣ ਇਸ ਚੀਜ਼ ਤੇ ਕਿੰਤੂ ਪਰੰਤੂ ਨਹੀਂ ਕਰਾਂਗਾ ਹੁਣ ਅਗਲੀ ਕੀ ਅਗਲੀ ਕਾਰਵਾਈ ਕੀ ਬੰਦੀ ਜੀ ਅਗਲੀ ਕਾਰਵਾਈ ਦੇਖੋ ਪੁਲਿਸ ਦੇ ਪਾਰਟ ਤੇ ਇਹ ਹੈ ਕਿ ਇਮੀਡੀਏਟਲੀ ਅੱਜ ਪਤਾ ਲੱਗਾ ਹੈ ਕਿ ਉਹ ਘਰ ਤਾਂ ਉਹ ਹੈ ਨਹੀਂ ਚਵੇਰੇ ਸਾਨੂੰ ਪਤਾ ਲੱਗਾ ਸੋ ਪੁਲਿਸ ਉਹਦੀ ਰੇਡ ਕਰੇਗੀ ਕਿਉਂਕਿ ਨੋਨ ਅਵੇਲੇਬਲ ਅਫੈਂਸ ਹੈ ਸੋ ਉਹਦੀ ਅਰੈਸਟ ਹੋਏਗੀ ਭਾਜੀ ਤੇ ਬਾਕੀ ਐਸਐਸਪੀ ਸਾਹਿਬ ਨੇ ਉਹਨਾਂ ਦੀਆਂ ਕਾਰਵਾਈਆਂ ਜਿਹੜੀਆਂ ਅੱਗੇ ਚੱਲਣਗੀਆਂ ਜੀ ਜੋ ਵੀ ਹੋਏਗਾ ਦੇਖਾਂਗੇ ਜੀ ਸੋ ਇਨਸਾਫ ਲਈ ਅਸੀਂ ਜਿਹੜੀ ਲੜਾਈ ਉਹ ਡਟ ਕੇ ਲੜਾਂਗੇ ਠੀਕ ਹੈ ਜੀ ਤਾਂ ਸਤਵਿੰਦਰ ਬੁੱਗਾ ਤੇ ਪਰਚਾ ਹੋਇਆ ਹੈ ਔਰ ਹਾਈ ਕੋਰਟ ਦੇ ਹਦਾਇਤਾਂ ਤੇ ਬਾਅਦ ਦੇ ਕਾਰਵਾਈ ਵੇਖਣ ਨੂੰ ਮਿਲੀ ਹੈ ਕਮਨ ਬਦਰਸ ਨੇ ਕੇਸ ਫਾਈਟ ਕੀਤਾ ਔਰ ਪੁਲਿਸ ਫਾਈਲ ਨੇ ਕਿਹਾ ਹੈ ਕਿ ਕੋਈ ਸਪੋਰਟ ਪੁਲਿਸ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਉਸ ਤਰੀਕੇ ਦੀ ਇਨੀਸ਼ially ਨਹੀਂ ਸੀ ਕੈਮਰਾਮ 真的。